ਪੰਜਾਬ ਸਰਕਾਰ ਜਿੰਨੀਆਂ ਮਰਜ਼ੀ ਸਿੱਟਾਂ ਬਣਾ ਲਵੇ, ਜਿੰਨੀਆਂ ਮਰਜ਼ੀ ਬਦਲ ਲਵੇ, ਪਰ ਦੋਸ਼ੀ ਤਾਂ ਦੋਸ਼ੀ ਰਹਿਣੇ ਨੇ। ਇਹ ਸਿਆਸੀ ਘੁੰਮਣ ਘੇਰੀਆਂ ਦੇ ਵਿੱਚ ਸਾਨੂੰ ਇਨਸਾਫ ਤੋਂ ਦੂਰ ਕੀਤਾ ਜਾ ਰਿਹਾ। ਸੌਦਾ ਸਾਧ ਦੇ ਇਸ਼ਾਰਿਆਂ ਤੇ ਉਹ ਕਾਤਲ ਤੇ ਕੁਕਰਮੀ ਰਾਮ ਰਹੀਮ ਨੇ ਬੇਅਦਬੀ ਕਰਵਾਈ, ਉਹਦੇ ਚੇਲਿਆਂ ਨੇ ਕੀਤੀ ਆ। ਸਾਨੂੰ ਕੈਪਟਨ ਅਮਰਿੰਦਰ ਸਿੰਘ ਦੀ ਨੀਅਤ ਤੇ ਭਰੋਸਾ ਨਹੀਂ ਆ। ਪੰਜਾਬ ਸਰਕਾਰ ਜਿੰਨੀਆਂ ਮਰਜ਼ੀ ਸਿੱਟਾਂ ਬਣਾ ਲਵੇ, ਜਿੰਨੀਆਂ ਮਰਜ਼ੀ ਬਦਲ ਲਵੇ, ਪਰ ਦੋਸ਼ੀ ਤਾਂ ਦੋਸ਼ੀ ਰਹਿਣੇ ਨੇ। ਬਰਗਾੜੀ ਬੇਅਦਬੀ ਕਾਂਡ ਦੇ ਜਿਹੜੇ ਦੋਸ਼ੀ ਆ, ਜੋ ਪਹਿਲੀਆਂ ਸਿੱਟਾਂ ਨੇ ਨਸ਼ਰ ਕੀਤੇ ਸਨ, ਉਹੀ ਨਵੀਂ ਸਿੱਟ ਨੇ ਗ੍ਰਿਫਤਾਰ ਕੀਤੇ ਆ ਅਤੇ ਸਾਰਾ ਕੁਝ ਮੰਨ ਰਹੇ ਆ, ਕਿਉਂਕਿ ਦੋਸ਼ੀ ਤਾਂ ਉਹੀ ਦੋਸ਼ੀ ਰਹਿਣੇ ਨੇ। ਸੌਦਾ ਸਾਧ ਦੇ ਇਸ਼ਾਰਿਆਂ ਤੇ ਉਹ ਕਾਤਲ ਤੇ ਕੁਕਰਮੀ ਰਾਮ ਰਹੀਮ ਨੇ ਬੇਅਦਬੀ ਕਰਵਾਈ, ਉਹਦੇ ਚੇਲਿਆਂ ਨੇ ਕੀਤੀ ਆ। ਤੁਸੀਂ ਸਿੱਟ ਚੇਂਜ ਕਰ ਦਿੱਤੀ, ਸੁਰਿੰਦਰਪਾਲ ਸਿੰਘ ਪਰਮਾਰ ਵਾਲੀ ਸਿੱਟ ਆ ਗਈ ਆ, ਪਰ ਉਹਨੇ ਵੀ ਤਾਂ ਉਹੀ ਦੋਸ਼ੀ ਫੜੇ ਆ, ਕਿਉਂਕਿ ਦੋਸ਼ੀ ਤਾਂ ਉਹੀ ਦੋਸ਼ੀ ਰਹਿਣੇ ਨੇ। ਸੌਦਾ ਸਾਧ ਦੇ ਇਸ਼ਾਰਿਆਂ ਤੇ ਉਹ ਕਾਤਲ ਤੇ ਕੁਕਰਮੀ ਰਾਮ ਰਹੀਮ ਨੇ ਬੇਅਦਬੀ ਕਰਵਾਈ, ਉਹਦੇ ਚੇਲਿਆਂ ਨੇ ਕੀਤੀ ਆ। ਇਹ ਸਾਰਾ ਕੁਝ ਸਾਹਮਣੇ ਆ ਚੁੱਕਾ ਅਤੇ ਜਿਹੜੇ ਫੜੇ ਗਏ ਆ ਉਹ ਪਹਿਲਾਂ ਵੀ ਮੰਨੇ ਸੀ, ਹੁਣ ਵੀ ਮੰਨ ਰਹੇ ਆ, ਸਾਰਾ ਕੁਝ ਸਾਹਮਣੇ ਆ। ਤਾਂ ਹੀ ਅਸੀਂ ਕਿਹਾ ਸੀ ਸਾਨੂੰ ਅਫਸਰਾਂ ਦੀ ਨੇਕ ਨੀਅਤ ਅਤੇ ਉਹਨਾਂ ਦੀ ਕਾਬਲੀਅਤ 'ਤੇ ਕੋਈ ਸ਼ੱਕ ਨਹੀਂ ਆ। ਪਹਿਲੇ ਅਫਸਰਾਂ ਨੇ ਵੀ ਦੋਸ਼ੀ ਗ੍ਰਿਫਤਾਰ ਕੀਤੇ ਸੀਗੇ ਅਤੇ ਨਾ ਨਸ਼ਰ ਕੀਤੇ ਸੀ, ਹੁਣ ਵੀ ਜਿਹੜੇ ਅਫਸਰ ਨੇ ਉਹਨਾਂ ਨੇ ਵੀ ਉਹੀ ਦੋਸ਼ੀ ਗ੍ਰਿਫਤਾਰ ਕੀਤੇ ਅਤੇ ਨਾ ਨਸ਼ਰ ਕੀਤੇ, ਸਾਰੀਆਂ ਗੱਲਾਂ ਉਹੀ ਸਾਹਮਣੇ ਆ ਰਹੀਆਂ ਨੇ। ਤਾਂ ਹੀ ਅਸੀਂ ਕਿਹਾ ਸੀ ਕਿ ਅਸੀਂ ਪਹਿਲੀਆਂ ਸਿੱਟਾਂ ਨੂੰ ਵੀ ਸਹਿਯੋਗ ਦਿੱਤਾ, ਹੁਣ ਵਾਲੀ ਨੂੰ ਵੀ ਸਹਿਯੋਗ ਦੇਵਾਂਗੇ, ਪਰ ਸਾਨੂੰ ਕੈਪਟਨ ਅਮਰਿੰਦਰ ਸਿੰਘ ਦੀ ਨੀਅਤ 'ਤੇ ਭਰੋਸਾ ਨਹੀਂ ਆ, ਸ਼ੱਕ ਆ, ਅਤੇ ਸਰਕਾਰ ਦੀ ਨੀਅਤ 'ਤੇ ਸ਼ੱਕ ਆ। ਸਰਕਾਰ ਇਨਸਾਫ ਨਹੀਂ ਦੇਣਾ ਚਾਹੁੰਦੀ, ਪਹਿਲਾਂ ਬਾਦਲਾ ਨਹੀਂ ਦਿੱਤਾ, ਹੁਣ ਕੈਪਟਨ ਨਹੀਂ ਦੇਣਾ ਚਾਹੁੰਦਾ। ਪੁਲਿਸ ਅਫਸਰ ਬੜੀ ਮਿਹਨਤ ਦੇ ਨਾਲ ਦੋਸ਼ੀਆਂ ਤੱਕ ਪਹੁੰਚਦੇ ਆ, ਸਾਰੀ ਜਾਂਚ ਕਰਦੇ ਆ, ਕਿੰਨੇ ਕਾਗਜ਼ ਕਾਲੇ ਕੀਤੇ ਜਾਂਦੇ ਆ, ਪਰ ਸਰਕਾਰਾਂ ਉਹਨਾਂ ਨੂੰ ਡਸਟਬਿਨ 'ਚ ਸਿੱਟ ਦਿੰਦੀਆਂ, ਨਿਆਂਪਾਲਿਕਾ ਵੀ ਸਵਾਲਾਂ ਦੇ ਘੇਰੇ 'ਚ ਆ ਜਾਂਦੀ ਆ। ਸੋ ਮੈਂ ਇਸ ਗੱਲ ਦੀ ਸ਼ਲਾਘਾ ਕਰਦਾ ਕਿ ਸੁਰਿੰਦਰਪਾਲ ਸਿੰਘ ਪਰਮਾਰ ਦੀ ਸਿੱਟ ਨੇ ਵੀ ਜਿਹੜੇ 6 ਦੋਸ਼ੀ ਪੜ੍ਹੇ ਆ ਉਹਨਾਂ ਨੇ ਸਾਰਾ ਕੁਛ ਮੰਨ ਲਿਆ, ਉਹ ਸਾਰਾ ਕੁਛ ਦੱਸ ਰਹੇ ਆ। ਹੁਣ ਕੈਪਟਨ ਅਮਰਿੰਦਰ ਸਿੰਘ ਆਪਣੀਆਂ ਪੈਰਾਂ 'ਤੇ ਭਾਰ ਪਾਵੇ ਅਤੇ ਸੌਦਾ ਸਾਧ ਜਿਹੜਾ ਇਸ ਬੇਅਦਬੀ ਦਾ ਮੁੱਖ ਦੋਸ਼ੀ ਹੈ, ਜਿਹਦੇ ਸਾਰੇ 'ਤੇ ਹੋਇਆ, ਉਹਨੂੰ ਪ੍ਰੋਟੈਕਸ਼ਨ ਵਾਰੰਟ 'ਤੇ ਪੰਜਾਬ ਲਿਆਂਦਾ ਜਾਵੇ ਅਤੇ ਉਹਨੂੰ ਗ੍ਰਿਫਤਾਰ ਕੀਤਾ ਜਾਵੇ, ਇਹਦੇ ਵਿੱਚ ਜਾਂਚ ਕੀਤੀ ਜਾਵੇ। ਜਿਨ੍ਹਾਂ ਨੇ ਕੋਟਕਪੂਰਾ ਅਤੇ ਬਹਿਬਲ ਦੇ ਵਿੱਚ ਤਸ਼ੱਦਦ ਕੀਤਾ, ਗੋਲੀਆਂ ਚਲਾਈਆਂ, ਉਹਨਾਂ ਦੀ ਗ੍ਰਿਫਤਾਰੀ ਪਾਈ ਜਾਵੇ, ਅਤੇ ਜਿਨ੍ਹਾਂ ਨੇ ਗੋਲੀਆਂ ਚਲਾਉਣ ਦੇ ਹੁਕਮ ਦਿੱਤੇ ਆ ਅਤੇ ਜਿਨ੍ਹਾਂ ਦੋਸ਼ੀਆਂ ਨੂੰ ਬਚਾਇਆ ਉਹਨਾਂ ਨੂੰ ਵੀ ਜੇਲ੍ਹ ਦੀਆਂ ਸਲਾਖਾਂ ਪਿੱਛੇ ਡੱਕਿਆ ਜਾਵੇ, ਕਿਉਂਕਿ ਦੋਸ਼ੀ ਦੋਸ਼ੀ ਰਹਿਣੇ ਆ। ਤੁਸੀਂ ਉਹਨਾਂ ਨੂੰ ਬਚਾ ਨਹੀਂ ਸਕਦੇ ਜਿੰਨਾ ਮਰਜ਼ੀ, ਪਰ 100 ਦਿਨ ਚੋਰ ਦਾ, ਇੱਕ ਦਿਨ ਸਾਧ ਦਾ। ਆਖਰ ਬੱਕਰੇ ਦੀ ਮਾਂ ਕਦ ਤਾਂ ਖੈਰ ਮਨਾਊ, ਇੱਕ ਦਿਨ ਤਾਂ ਬਲੀ ਚੜ੍ਹਨਾ ਪੈਣਾ। ਸੌਦਾ ਸਾਧ ਪਹਿਲਾਂ 15 ਸਾਲ ਘੁੰਮਣ ਘੇਰੀਆਂ 'ਚ ਇਨਸਾਫ ਨੂੰ ਪਾ ਛੱਡਿਆ, ਪਰ ਅਖੀਰ ਸਜ਼ਾ ਹੋਈ, ਮਾਣਯੋਗ CBI ਕੋਰਟ ਨੇ ਸਜ਼ਾ ਸੁਣਾਈ ਅਤੇ ਅੱਜ ਸੁਨਾਰੀਆ ਜੇਲ੍ਹ ਦੇ ਵਿੱਚ ਬੈਠਾ ਹੋਇਆ। ਇਸੇ ਤਰ੍ਹਾਂ ਜਿਨ੍ਹਾਂ ਨੇ ਪਾਵਨ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਕੀਤੀ ਆ ਅਤੇ ਇਨਸਾਫ ਮੰਗਦੇ ਸਿੱਖਾਂ ਨੂੰ ਗੋਲੀਆਂ ਮਾਰੀਆਂ ਨੇ, ਸ਼ਹੀਦ ਕੀਤਾ, ਤਸ਼ੱਦਦ ਕੀਤਾ ਵਾ, ਉਹ ਦੋਸ਼ੀ ਸਾਹਮਣੇ ਆ, ਅਤੇ ਉਹਨਾਂ ਨੂੰ ਸਜ਼ਾ ਦਿੱਤੇ ਬਿਨਾਂ ਕੈਪਟਨ ਅਮਰਿੰਦਰ ਸਿੰਘ ਦਾ ਛੁਟਕਾਰਾ ਨਹੀਂ ਹੋਣਾ।